this South Asian Media Group. Why Media? Middle East ਦੇ ਬਾਰੇ ਜੋ ਇੱਥੇ ਪ੍ਰੋਟੈਸਟ ਚੱਲ ਰਹੇ ਨੇ, ਅਮਰੀਕਾ ਦੀ ਕੁਝ ਯੂਨੀਵਰਸਿਟੀਜ਼ ਦੇ ਵਿੱਚ ਪੁਲਿਸ ਦਾਖਲ ਹੋ ਕੇ ਉਹਨਾਂ ਨੇ ਕੈਂਪਸਿਸ ਜਿਹੜੇ ਨੇ ਉਹ ਖਾਲੀ ਕਰਾਏ ਨੇ, ਲੇਕਿਨ ਉਸਦੇ ਬਾਵਜੂਦ ਉੱਥੇ ਦਿੱਕਤਾਂ ਜਿਹੜੀਆਂ ਖਤਮ ਹੁੰਦੀਆਂ ਨਹੀਂ ਨਜ਼ਰ ਆ ਰਹੀਆਂ। ਅਸੀਂ ਮੋਂਟਰੀਅਲ ਦੇ ਵਿੱਚ ਮਿਗੇਲ ਯੂਨੀਵਰਸਿਟੀ ਔਰ ਕੈਨੇਡਾ ਦੀ ਯੂਨੀਵਰਸਿਟੀਜ਼ ਤੇ ਵੀ ਆਵਾਂਗੇ। ਪਹਿਲਾਂ ਜ਼ਰਾ ਇੱਕ ਮਿੰਟ ਅਮਰੀਕਾ ਜਾਂਦੇ ਹਾਂ। ਸਭ ਤੋਂ ਪਹਿਲਾਂ ਤਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਜਿਹੜੀ ਐਲਏ ਦੇ ਵਿੱਚ ਹੈਗੀ ਹੈ, ਉਸ ਕੈਂਪਸ ਦੇ ਵਿੱਚ ਬਹੁਤ ਸਾਰੇ ਪ੍ਰੋਟੈਸਟਰ ਸੀਗੇ। ਪੁਲਿਸ ਆਈ, ਪੁਲਿਸ ਨੇ ਖਾਲੀ ਕਰਵਾਇਆ। ਉਸ ਤੋਂ ਬਾਅਦ ਆਪਸ ਦੇ ਵਿੱਚ ਅੱਜ ਸਵੇਰੇ ਜਿਹੜੀ ਹੈ, ਵੈਨਸਡੇ ਸਵੇਰੇ ਫਿਰ ਲੜਾਈ ਹੋ ਗਈ। ਅੱਜ ਸਵੇਰੇ ਜਿਹੜੇ ਇਜ਼ਰਾਈਲ ਦੇ ਸਪੋਰਟਰ ਸੀਗੇ ਯੂਨੀਵਰਸਿਟੀ ਦੇ ਵਿੱਚ, ਔਰ ਜਿਹੜੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜਿਹੜੇ ਪ੍ਰੋ ਪੈਲੇਸਟੀਨ ਪ੍ਰੋਟੈਸਟਰ ਸੀਗੇ, ਇਹਨਾਂ ਦੇ ਵਿੱਚ ਆਪਸ 'ਚ ਬੜੀ ਜਮ ਕੇ ਉੱਥੇ ਲੜਾਈ ਹੋਈ ਹੈਗੀ ਹੈ, ਔਰ ਕਾਫੀ ਸਾਰੇ ਵੀਡੀਓਜ਼ ਵੀ ਬਾਹਰ ਸਰਕੂਲੇਟ ਹੋ ਰਹੇ ਨੇ। ਯਾਦ ਰਹੇ ਕਿ ਇਸ ਤੋਂ ਪਹਿਲਾਂ ਅਲੱਗ ਅਲੱਗ ਜਗ੍ਹਾ ਦੇ ਉੱਤੇ ਜਦੋਂ ਇਹ ਪ੍ਰੋਟੈਸਟ ਹੋ ਰਹੇ ਨੇ, ਉੱਥੇ ਜਿਸ ਤਰ੍ਹਾਂ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਕੱਲ ਟਿਊਜ਼ਡੇ ਨਿਊਯਾਰਕ ਸਿਟੀ ਪੁਲਿਸ ਨੂੰ ਸੱਦਿਆ ਗਿਆ, ਔਰ ਬਹੁਤ ਸਾਰੇ ਜਿਹੜੇ ਪ੍ਰੋਟੈਸਟਰ ਉੱਥੇ ਬੈਠੇ ਸੀ, ਦਰਜਨਾਂ ਹੀ ਪ੍ਰੋਟੈਸਟਰ ਪ੍ਰੋ ਪੈਲੇਸਟੀਨ ਸੀਗੇ ਸਾਰੇ, ਉਹਨਾਂ ਨੂੰ ਫਿਰ ਅਰੈਸਟ ਕੀਤਾ ਗਿਆ, ਔਰ ਉੱਥੇ ਉਹਨਾਂ ਦੇ ਉੱਤੇ ਇਲਜ਼ਾਮ ਸੀਗੇ ਦੇ ਹੈਵ ਸੀਜ਼ਡ ਐਨ ਅਕੈਡਮਿਕ ਬਿਲਡਿੰਗ। ਸੋ ਇਹ ਕਹਿ ਕੇ ਕਿ ਤੁਸੀਂ ਇਹ ਨਹੀਂ ਕਰ ਸਕਦੇ, ਸੋ ਉਹਨਾਂ ਨੂੰ ਉੱਥੋਂ ਕੀਤਾ ਗਿਆ ਸੀਗਾ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ ਕਿ ਮਾਮਲਾ ਇਕੱਲਾ ਯੂਨੀਵਰਸਿਟੀ ਆਫ ਕੋਲੰਬੀਆ ਜਾਂ ਕੈਲੀਫੋਰਨੀਆ ਯੂਨੀਵਰਸਿਟੀ ਜਾਂ ਹੋਰ ਸਿਰਫ ਉਹਨਾਂ ਦਾ ਨਹੀਂ ਹੈ। ਅਮਰੀਕਾ ਦੇ ਬਹੁਤ ਸਾਰੀਆਂ ਯੂਨੀਵਰਸਿਟੀਜ਼ ਹੈਗੀਆਂ ਨੇ ਜਿੱਥੇ ਕਿ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਦੇ ਵਿੱਚ ਸਟੂਡੈਂਟ ਐਕਟਿਵਿਜ਼ਮ, ਮੈਨੂੰ ਕਹਿ ਸਕਾਂਗਾ ਕਿ ਇਹ ਜੇ ਤੁਹਾਨੂੰ ਯਾਦ ਹੋਏ ਤੇ 2020 ਦੇ ਵਿੱਚ ਵੀ ਐਂਟੀ ਰੇਸਿਜ਼ਮ ਪ੍ਰੋਟੈਸਟ ਬੜੇ ਸਾਰੇ ਅਮਰੀਕਾ 'ਚ ਹੋਏ ਸੀ। ਉਸੇ ਤਰ੍ਹਾਂ ਦੇ ਵੱਡੇ ਪੈਮਾਨੇ ਤੇ ਇਹ US ਦੇ ਵਿੱਚ ਜਿਹੜਾ ਸਟੂਡੈਂਟ ਐਕਟਿਵਿਜ਼ਮ ਆ ਉਹ ਕਾਫੀ ਤੇਜ਼ੀ ਪਕੜ ਰਿਹਾ। ਪਹਿਲਾਂ ਵੀ ਸੀਗਾ, ਐਸਾ ਨਹੀਂ ਹੈ ਪਿਛਲੇ ਬਹੁਤ ਸਾਲਾਂ ਤੋਂ, ਬਟ ਹੁਣ ਹੋਰ ਤੇਜ਼ੀ ਪਕੜ ਰਿਹਾ ਅਮਰੀਕਾ ਦੇ ਵਿੱਚ ਸਟੂਡੈਂਟ ਐਕਟਿਵਿਜ਼ਮ। ਸੋ ਅਕਤੂਬਰ 7 ਦੇ ਹਮਲੇ ਤੋਂ ਬਾਅਦ ਜੋ ਕੁਛ ਇਵੈਂਟਸ ਹੋਏ ਆ ਤੁਸੀਂ ਸਾਰਾ ਕੁਛ ਦੇਖ ਹੀ ਰਹੇ ਹੋ। ਇੱਕ ਤਰਫ 1200 ਜਿਹੜੇ ਇਜ਼ਰਾਈਲ ਵੀ ਰਿਪੋਰਟ ਕਰ ਰਿਹਾ, ਦੂਸਰੀ ਤਰਫ 35,000 ਤੋਂ ਜ਼ਿਆਦਾ ਡੈਥ ਜਿਹੜੀਆਂ ਨੇ ਉਹ ਪੈਲੇਸਟੀਨੀਅਨ ਸਾਈਡ ਦੇ ਉੱਤੇ ਰਿਪੋਰਟ ਕੀਤੀਆਂ ਜਾ ਚੁੱਕੇ ਨੇ। ਇਹ ਨੰਬਰ ਸਿਰਫ ਅਕਤੂਬਰ 7 ਤੋਂ ਬਾਅਦ ਹੈਗੇ ਨੇ। ਹੁਣ ਜਿਹੜੇ ਸਟੂਡੈਂਟ ਪ੍ਰੋਟੈਸਟ ਨੇ ਅਮਰੀਕਾ ਦੇ ਵਿੱਚ, ਇਹਦੇ ਵਿੱਚ ਥੋੜੀ ਪੋਲੀਟੀਕਲ ਓਵਰਟੋਨਸ ਵੀ ਆ ਚੁੱਕੀਆਂ ਹੈਗੀਆਂ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਸਾਲ ਨਵੰਬਰ ਦੇ ਵਿੱਚ ਅਮਰੀਕਾ 'ਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨੇ। ਹੁਣ ਦੋਨੋਂ ਪਾਰਟੀਜ਼ ਕੀ ਕਹਿ ਰਹੀਆਂ ਨੇ, ਜਿਹੜਾ ਰਿਪਬਲਿਕਨਸ ਨੇ ਉਹ ਯੂਨੀਵਰਸਿਟੀ ਦੇ ਜਿਹੜੇ ਐਡਮਿਨਿਸਟ੍ਰੇਟਰਸ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਕੁਝ ਕਰ ਹੀ ਨਹੀਂ ਰਹੇ ਹੈਗੇ ਆ, ਇੱਥੇ ਜਿਹੜੇ ਪੈਲੇਸਟੀਨੀਅਨ ਪ੍ਰੋਟੈਸਟਰ ਆ ਰਹੇ ਨੇ ਉਹ ਜੂਇਸ਼ ਕਮਿਊਨਿਟੀ ਦੇ ਖਿਲਾਫ ਕਿੰਨਾ ਕੁਝ ਬੋਲ ਰਹੇ ਨੇ, ਐਂਡ ਜਿਵੇਂ ਪ੍ਰੋਟੈਸਟ ਹੋ ਰਹੇ ਨੇ ਉਹਨਾਂ ਨੂੰ ਰਿਪਬਲਿਕਨ ਤਰਫੋਂ ਪਹਿਲਾਂ ਬਾਅਦ ਮੈਂ ਗੱਲ ਕਰ ਰਿਹਾ, ਉਹਨਾਂ ਦਾ ਕਹਿਣਾ ਹੈ ਕਿ ਦੀਜ਼ ਆਰ ਐਂਟੀ ਸੈਮੈਟਿਕ ਰੈਟਰਿਕਸ ਔਰ ਹਰਾਸਮੈਂਟ ਕਰ ਰਹੇ ਹੈਗੇ ਨੇ। ਇਹ ਜੂਇਸ ਸਟੂਡੈਂਟ ਵੀ ਇੱਥੇ ਪੜ੍ਹਦੇ ਨੇ, ਜੂਇਸ ਸਟੂਡੈਂਟਸ ਲਈ, ਔਰ ਜੂਇਸ ਸਟੂਡੈਂਟਸ ਵੀ ਆਪਣੇ ਬਿਆਨ ਦੇ ਰਹੇ ਨੇ ਕਿ ਜੀ ਸਾਡੇ ਲਈ ਇੱਥੇ ਬੜਾ ਖਤਰਾ ਹੋ ਗਿਆ ਕਿ ਅਸੀਂ ਕੋਈ ਇਜ਼ਰਾਈਲ ਜਾਂ ਹਮਾਸ ਦੀ ਜਾਂ ਉਹਦੀ ਤਾਂ ਗੱਲ ਹੀ ਨਹੀਂ ਕਰ ਰਹੇ, ਇੱਥੇ ਤਾਂ ਸਾਡੇ ਪੜ੍ਹਾਈ ਲਿਖਾਈ ਕਰਨੀ ਜਿਹੜੀ ਆ ਉਹ ਮੁਸ਼ਕਿਲ ਹੋ ਚੁੱਕੀ ਹੈਗੀ ਹੈ। ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਡਿਪਾਰਟਮੈਂਟਸ ਨੂੰ ਵੀ ਇਨਵੋਲਵ ਕਰ ਲਿਆ ਗਿਆ, ਫਿਰ ਚਾਹੇ ਉਹ ਨਿਊਯਾਰਕ ਪੁਲਿਸ ਡਿਪਾਰਟਮੈਂਟ ਹੈ, LA ਪੁਲਿਸ ਡਿਪਾਰਟਮੈਂਟ ਹੈਗਾ, ਸੋ ਉਹਨਾਂ ਸਾਰਿਆਂ ਨੂੰ ਵੀ ਇਹਦੇ ਵਿੱਚ ਇਨਵੋਲਵ ਕਰ ਲਿਆ ਗਿਆ। ਔਰ ਪੋਲੀਟੀਸ਼ੀਅਨਸ ਤੇ ਫਰੋਮ ਆਲ ਸਟ੍ਰਾਈਪਸ, ਚਾਹੇ ਕੋਈ ਰਿਪਬਲਿਕਨ ਹੈ ਡੈਮੋਕਰੈਟਸ ਨੇ, ਉਹ ਆਪਣੀ ਗੱਲ ਕਰ ਰਹੇ ਨੇ। ਕੱਲ LA ਦੇ ਵਿੱਚ ਇੱਕ ਕੌਂਸਲ ਵੂਮਨ ਹੈ, ਕੈਟੀ ਯੂਰੋਸਲਾਫ, ਉਹਨਾਂ ਨੇ ਕਿਹਾ ਹੈਗਾ ਕਿ ਐਵਰੀਵਨ ਹੈਜ਼ ਦਾ ਰਾਈਟ ਟੂ ਫਰੀ ਸਪੀਚ। ਕਿਆ ਅਮਰੀਕਾ ਦੇ ਵਿੱਚ ਹੁਣ ਫਰੀ ਸਪੀਚ ਖਤਮ ਹੋ ਚੁੱਕੀ ਹੈ? ਤੁਸੀਂ ਇਹ ਸਾਰਾ ਕੁਝ ਜੇ ਪ੍ਰੋਟੈਸਟ ਕਰ ਰਹੇ ਨੇ ਤਾਂ ਉਹਨਾਂ ਨੂੰ ਕਰਨ ਦਿੱਤਾ ਜਾਏ। ਅੱਛਾ, ਇਹ ਮਾਮਲਾ ਜਿਹੜਾ ਹੈ ਉਹ ਅਸੀਂ ਦੱਸ ਦਈਏ ਕਿ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਦੇ ਖਿਲਾਫ ਐਲੀਗੇਸ਼ਨਸ ਨੇ ਕਿ ਇਹ ਜੀ ਇੱਥੇ ਹੱਲਾ ਗੁੱਲਾ ਕਰ ਰਹੇ ਨੇ, ਇੱਥੇ ਵੈਂਡਲਿਜ਼ਮ ਕਰ ਰਹੇ ਨੇ। ਸੋ ਇੱਕ ਤੇ ਉੱਥੇ ਹੋ ਗਿਆ। ਹੁਣ ਆ ਜਾਓ ਇੱਥੇ ਸਾਡੇ ਕੈਨੇਡਾ, ਕੈਨੇਡਾ ਦੇ ਵਿੱਚ ਕੀ ਹੋ ਰਿਹਾ? ਕੈਨੇਡਾ ਦੇ ਵਿੱਚ ਵੀ ਅਲੱਗ ਅਲੱਗ ਯੂਨੀਵਰਸਿਟੀਜ਼ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ। ਸੋ ਇੱਕ ਤਰਫ ਜਿੱਥੇ ਪ੍ਰੋਟੈਸਟ ਹੋ ਰਹੇ ਨੇ, ਦੂਸਰੀ ਤਰਫ ਇਹ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਦੇ ਖਿਲਾਫ ਕੈਨੇਡਾ ਦੇ ਵਿੱਚ ਵੀ, ਚਾਹੇ ਟੋਰੋਂਟੋ ਹੈ ਔਰ ਚਾਹੇ ਫਿਰ ਮੋਂਟਰੀਅਲ ਹੈ ਜਾਂ ਵੈਂਕੂਵਰ ਹੈ, ਹੋਰ ਅਲੱਗ ਅਲੱਗ ਸ਼ਹਿਰ ਨੇ,
ਉੱਥੇ ਕੁਛ ਲੋਕ ਇਹ ਪ੍ਰੋਟੈਸਟਰ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ, ਕੁਛ ਇਹਨਾਂ ਦੇ ਖਿਲਾਫ ਕਰ ਰਹੇ ਨੇ। ਸਾਡੇ ਇੱਥੇ ਇੱਕ ਮਸ਼ਹੂਰ ਬਿਜ਼ਨਸ ਪਰਸਨ ਨੇ, ਉਹਨਾਂ ਨੇ ਵੀ ਇਹ ਕਿਹਾ ਹੈਗਾ ਕਿ ਬਿਲਕੁਲ ਇਹਨਾਂ ਨੂੰ ਹੱਕ ਹੈ ਆਪਣੇ ਪ੍ਰੋਟੈਸਟ ਕਰਨ ਦਾ, ਔਰ ਇਹਨਾਂ ਦੇ ਖਿਲਾਫ ਜੇ ਕੋਈ ਕਾਨੂੰਨੀ ਕਾਰਵਾਈ ਕਰੇਗਾ ਉਹਦੀ ਕਾਨੂੰਨੀ ਕਾਰਵਾਈ ਦੇ ਜੇ ਕੋਈ ਡਿਫੈਂਡ ਕਰਨਗੇ ਉਹਦੀ ਜਿਹੜੀ ਫੀਸ ਹੋਏਗੀ, ਉਹ ਇੱਕ ਬਿਜ਼ਨਸ ਪਰਸਨ ਨੇ ਕਿਹਾ ਕਿ ਉਹ ਭਰਨਗੇ। ਸੋ ਸਾਡੇ ਇੱਥੇ ਵੀ ਕਾਫੀ ਹੀਟਡ ਡਿਸਕਸ਼ਨ ਹੁਣ ਇਸ ਮਾਮਲੇ ਦੇ ਉੱਤੇ ਹੁੰਦੀਆਂ ਨਜ਼ਰ ਆ ਰਹੀਆਂ ਨੇ। Biggest South Asian Media Group, Why Media?